ਖੇਡ ਪਾਰਕਾਂ ਦਾ ਹੋਵੇਗਾ ਨਿਰਮਾਣ, ਨੌਜਵਾਨ ਰਹਿਣਗੇ ਨਸ਼ੇ ਤੋਂ ਦੂਰ। ਜਾਖੜ। ਗੁਰਦਾਸਪੁਰ ਦੇ ਸੰਸਦ ਸੁਨੀਲ ਜਾਖੜ ਅੱਜ ਆਪਣੇ ਲੋਕ ਸਭਾ ਹਲਕੇ ਅੰਦਰ ਵਿਕਾਸ ਕਾਰਜਾਂ ਦਾ ਹਿਸਾਬ ਕਿਤਾਬ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਨੇ ਆਪਣੇ MP ਫੰਡ ਵਿੱਚੋਂ ਗੁਰਦਾਸਪੁਰ ਜ਼ਿਲ੍ਹੇ ਦੇ 6 ਹਲਕਿਆਂ ਨੂੰ 40-40 ਲੱਖ ਦੀ ਗ੍ਰਾਂਟ ਜਾਰੀ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਗ੍ਰਾਂਟ ਇਨ੍ਹਾਂ ਹਲਕਿਆਂ ਲਈ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਹਲਕਿਆਂ ਅੰਦਰ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਅਤੇ ਵਿਕਾਸ ਕਾਰਜਾਂ ਦੀ ਸਖ਼ਤ ਲੋੜ ਸੀ। ਇਸ ਮੌਕੇ ਤੇ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਪੰਥ ਨਾਲ ਗਦਾਰੀ ਕਰਨ ਵਾਲਿਆਂ ਦਾ ਘਿਰਾਓ ਕਰਨਾ ਚਾਹੀਦਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਦੇ ਬਾਅਦ ਅਕਾਲੀ ਦਲ ਪੂਰੀ ਤਰ੍ਹਾਂ ਬੌਖਲਾ ਚੁੱਕਿਆ ਹੈ। ਜਿੱਥੇ ਇੱਕ ਪਾਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰਿਜੈਕਟ ਕਰ ਰਹੇ ਹੈ, ਉੱਥੇ ਦੂਜੇ ਪਾਸੇ ਉਹ ਲੋਕਾਂ 'ਚ ਜਾ ਕੇ ਕਹਿ ਰਹੇ ਵੀ ਕਮਿਸ਼ਨ ਦੇ ਅੰਦਰ ਸਾਡੇ ਖਿਲਾਫ਼ ਕੋਈ ਸਬੂਤ ਨਹੀਂ। ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਫੈਸਲਾ ਕਰ ਲੈਣ ਵੀ ਉਹਨਾਂ ਦੇ ਖਿਲਾਫ਼ ਸਬੂਤ ਹੈ ਜਾਂ ਨਹੀਂ, ਜਾਂ ਉਸ ਕਰਕੇ ਰਿਜੈਕਟ ਕਰ ਰਹੇ ਵੀ ਉਹਨਾਂ ਦੇ ਖਿਲਾਫ਼ ਸਬੂਤ ਨਹੀਂ। ਅਗਰ ਲੋਕਾਂ ਦੀ ਕਚਹਿਰੀ 'ਚ ਸੁਖਬੀਰ ਸਿੰਘ ਬਾਦਲ ਜੀ ਜਾਣਗੇ ਤਾਂ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕਿ ਗੋਲੀ ਕਿਹਨੇ ਚਲਾਉਣੀ ਪਈ, ਗੋਲੀ ਚਲਾਉਣ ਦੇ ਆਦੇਸ਼ ਕਿਹਨੇ ਦਿੱਤੇ। ਨਿਹੱਥੇ ਲੋਕਾਂ ਦੇ ਉੱਤੇ ਸ਼ਾਂਤੀਪੂਰਵਕ ਬੈਠੇ ਜਿਹੜੇ ਲੋਕ ਅਰਦਾਸ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੇ ਆਦੇਸ਼ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਤੌਰ ਹੋਮ ਮਿਨਿਸਟਰ ਦਿੱਤੇ ਜਾਂ ਨਹੀਂ ਦਿੱਤੇ ਹੈ? DGP ਉਦੋਂ ਉਸ ਟਾਈਮ ਦੇ ਸੁਮੇਧ ਸਿੰਘ ਸੈਣੀ ਨੇ ਉਹਨਾਂ ਦੀ ਗੱਲ ਨਾ ਮੰਨ ਕੇ ਆਪਣੇ ਆਪ ਗੋਲੀ ਚਲਾਈ। ਇਹਨਾਂ ਦਾ ਜਵਾਬ ਅੱਜ ਲੋਕ ਮੰਗਦੇ ਹੈ। ਲੋਕ ਅੱਜ ਸਵਾਲ ਪੁੱਛਣਾ ਚਾਹੁੰਦੇ ਹੈ ਵੀ ਕਿਸ ਆਦਮੀ ਨੇ ਉੱਥੇ ਬੰਬੇ 'ਚ ਬੈਠ ਕੇ ਸਰਸੇ ਡੇਰੇ ਵਾਲੇ ਮੁਖੀ ਦੇ ਨਾਲ ਬੈਠ ਕੇ 100 ਕਰੋੜ ਰੁਪਈਏ ਦਾ ਸੌਦਾ ਕਰਕੇ ਇੱਥੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦੀ ਜਿਹੜੀ ਪੁਜੀਸ਼ਨ ਹੈ ਉਹਨੂੰ ਵਿਗਾੜਨ ਦੇ ਵਿੱਚ ਕਿਹਦਾ ਹੱਥ ਸੀਗਾ? ਇਹਨਾਂ ਜਵਾਬਾਂ ਤੋਂ ਅਕਾਲੀ ਲੀਡਰਸ਼ਿਪ ਭੱਜ ਨਹੀਂ ਸਕਦੀ। ਅਤੇ ਮੈਂ ਸਮਝਦਾ ਵੀ ਇਹ ਜਦੋਂ ਦੀ ਰਿਪੋਰਟ ਆਈ ਹੈ ਅੱਜ ਅਕਾਲੀ ਦਲ ਦੇ ਅੰਦਰ ਜਿਸ ਤਰ੍ਹਾਂ ਆਵਾਜ਼ਾਂ ਉੱਠ ਰਹੀਆਂ, ਜੋ ਸੀਨੀਅਰ ਲੀਡਰ ਚਾਹੇ ਅਵਤਾਰ ਸਿੰਘ ਮੱਕੜ ਸੀ, ਚਾਹੇ ਢੀਂਡਸਾ ਸਾਹਿਬ ਹੈ, ਚਾਹੇ ਸਰਦਾਰ ਤੋਤਾ ਸਿੰਘ ਜੀ ਹੈ, ਉਹਨਾਂ ਦੇ ਜਿਹੜੇ ਖਦਸ਼ੇ ਹੈ, ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ, ਉਹ ਅਕਾਲੀ ਦਲ ਦੇ ਅੰਦਰ ਵੀ ਉੱਠਣ ਲੱਗੀ ਹੈ। ਅਤੇ ਇਹਨਾਂ ਜਵਾਬਾਂ ਨੂੰ ਦੇਣ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਭੱਜ ਨਹੀਂ ਸਕਦੇ। ਬਿਲਕੁਲ ਸੁਨੀਲ ਜਾਖੜ ਦਾ ਘਿਰਾਓ ਕਰਨਾ ਚਾਹੀਦਾ ਹੈ ਅਕਾਲੀਆਂ ਨੂੰ, ਜੇ ਸੁਨੀਲ ਜਾਖੜ ਨੇ ਪੰਥ ਦੀ ਪਿੱਠ 'ਚ ਸੁਰਾ ਘੋਪਿਆ, ਜੇ ਸੁਨੀਲ ਜਾਖੜ ਨੇ ਬਹਿਬਲ ਕਲਾਂ ਕਾਂਡ ਦੇ ਅੰਦਰ ਨਿਰਦੋਸ਼ ਨਿਹੱਥੇ ਅਰਦਾਸ ਕਰਦੇ ਲੋਕਾਂ ਦੇ ਉੱਤੇ ਗੋਲੀ ਚਲਾਉਣ ਦੇ ਆਰਡਰ ਦਿੱਤੇ ਹੈ ਤਾਂ ਸੁਨੀਲ ਜਾਖੜ ਦਾ ਘਿਰਾਓ ਕਰਨਾ ਚਾਹੀਦਾ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿਰਫ ਇੰਨੀ ਬੇਨਤੀ ਕਰੂੰਗਾ, ਅੰਦਰ ਝਾਤੀ ਮਾਰ ਕੇ ਦੇਖਣ ਜਿਨ੍ਹਾਂ ਲੋਕਾਂ ਨੇ ਪੰਥ ਦਾ ਅਤੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ, ਉਹਨਾਂ ਲੋਕਾਂ ਦਾ ਘਿਰਾਓ ਕੀਤਾ ਜਾਵੇ ਅਤੇ ਆਪਣੇ ਨੂੰ ਆਪਣੇ ਆਪ ਸ਼ੀਸ਼ੇ 'ਚ ਅੰਦਰ ਦੇਖਣਗੇ ਤਾਂ ਉਹਨਾਂ ਨੂੰ ਜਿਹੜਾ ਇਸ ਗੱਲ ਦਾ ਅਪਰਾਧੀ ਹੈ, ਜਿਸ ਵੇਲੇ ਇਸ ਗੱਲ ਦਾ ਜਿਹਦੇ 'ਚ ਜ਼ਿੰਮੇਵਾਰੀ ਹੈ, ਉਹ ਆਪਣੇ ਆਪ ਨੂੰ ਫੋਟੋ ਨਜ਼ਰ ਆ ਜਾਊਗੀ। ਨਹੀਂ ਸਰ, ਮੈਨੂੰ ਕੀਤਾ, ਪਰ ਦੇਖੋ ਲੋਕਤੰਤਰ ਦਾ ਇੱਕ ਹਰੇਕ ਨੂੰ ਆਪਣਾ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ, ਉਹ ਉਹਨਾਂ ਨੂੰ ਲੋਕਾਂ ਨੂੰ ਆ ਜਾਗਰੂਕ ਕਰਾਉਣਾ ਚਾਹੀਦਾ, ਸੁਖਬੀਰ ਜੀ ਨੂੰ ਵੀ, ਉਹਨਾਂ ਲੋਕਾਂ ਦਾ ਘਿਰਾਓ ਕਰਨ ਜਿਹਨਾਂ ਲੋਕਾਂ ਨੇ ਪੰਥ ਦੇ ਨਾਲ ਅਤੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ। ਉਹਨਾਂ ਦੇ ਆਪ ਦੀ ਪਾਰਟੀ ਦਾ ਮਸਲਾ ਹੈ, ਮੈਂ ਉਹਦੇ ਵਿੱਚ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਜਿਹੜੀ ਆਸ ਅਤੇ ਉਮੀਦਾਂ ਨਾਲ ਲੋਕਾਂ ਦੇ ਵਿੱਚ ਆਏ ਸੀਗੇ ਉਹ ਸਾਰਾ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਦਾ ਵੀ ਚਿਹਰਾ ਲੋਕਾਂ ਦੇ ਸਾਹਮਣੇ ਅਸਲ ਚਿਹਰਾ ਪਿਆ, ਸਭ ਤਾਕਤ ਕੁਰਸੀ ਦਾ ਝਗੜਾ ਪਿਆ ਖੜਾ ਉੱਥੇ, ਕਿਉਂਕਿ ਤੁਸੀਂ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਤੇ ਬਹਿਸ ਵਾਸਤੇ ਬੜੀ ਬਹੁਤ ਹੀ ਲੋਕਾਂ ਦੀ ਭਾਵਨਾ ਨਾਲ ਜੁੜਿਆ ਬਹੁਤ ਹੀ ਮਹੱਤਵਪੂਰਨ ਮੁੱਦਾ ਸੀਗਾ। ਉੱਥੇ ਆਮ ਆਦਮੀ ਪਾਰਟੀ ਵਾਲੇ ਬਾਹਰ ਧਰਨਾ ਲਾਈ ਬੈਠੇ ਸੀ ਵੀ ਅਸੀਂ ਪਿੱਛੇ ਨਹੀਂ ਬਹਿਣਾ, ਅਸੀਂ ਅੱਗੇ ਬਹਿਣਾ। ਇਹਨਾਂ ਗੱਲਾਂ ਦੇ ਨਾਲ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਦੇ ਅੰਦਰ ਘੱਟ ਹੁੰਦਾ, ਇਹਨਾਂ ਨੂੰ ਆਪਣੇ ਆਪ ਦੇਖਣਾ ਪਊ।